ਪਟਾਕਿਆਂ ਦੀ ਆਵਾਜ਼ ਆਈ ਆ ਜੀ, ਜਿਸ ਤਾਂ ਪਟਾਕੇ ਸਮਝ ਕੇ ਬਾਹਰ ਨਿਕਲ ਗਏ। ਡਲੇ ਡੁਲੇ ਵੀ ਇਹਨਾਂ ਨੇ ਚਲਾਏ ਜਦੋਂ ਫਾਇਰਿੰਗ ਕਰਦੇ ਸੀ, ਇਹਨਾਂ ਨੇ ਡਲੇ ਚਲਾਏ ਫਿਰ ਇਹਨਾਂ ਨੇ ਛੁਡਵਾਇਆ ਸਰ। ਸਾਨੂੰ ਪਤਾ ਹੀ ਨਹੀਂ ਲੱਗਿਆ ਸੀ ਗਲੀ 'ਚ, ਜਦੋਂ ਬਾਹਰ ਦੇਖਿਆ ਜੀ ਮੁੰਡੇ ਭੱਜੇ ਆਉਂਦੇ ਸੀਗੇ ਪਟਾਕੇ, ਮੈਂ ਤਾਂ ਕਿਤੇ ਇਸ ਤੱਕ ਪਟਾਕੇ ਚੱਲੀ ਜਾਂਦੇ ਆ ਕਿਤੇ, ਸਾਨੂੰ ਨਹੀਂ ਪਤਾ ਲੱਗਿਆ ਸੀ। ਖੇਤੋਂ ਆ ਕੇ ਹਲੇ ਲੀੜਾ ਕੱਪੜਾ ਧੋਈ ਜਾਂਦੇ ਆ, ਜਦੋਂ ਬਾਹਰ ਆਏ ਦੇਖਿਆ ਤੇ ਉਹ ਜਵਾਕ ਕਹਿੰਦੇ ਵੀ ਗੋਲੀਆਂ ਚੱਲੀ ਜਾਂਦੀਆਂ, ਇੱਕ ਮੁੰਡੇ ਦੇ ਲੱਗ ਗਈ ਸੀ ਪਿੱਛੇ, ਉਹ ਉਹਨੂੰ ਚੱਕਦੇ ਚੁੱਕਦੇ ਰਹੇ, ਫਿਰ ਉਹਨਾਂ ਨੇ ਇੱਟਾਂ ਵੱਟੇ ਜਵਾਕਾਂ ਨੇ ਚਲਾਏ ਆ ਜੀ। ਤੁਹਾਡੇ ਮੁੰਡੇ ਨਾਲ ਲੜਦੇ ਸੀਗੇ? ਨਹੀਂ, ਸਾਡੇ ਮੁੰਡੇ ਰਾਣੀ ਭਾ ਘਰਾਂ 'ਚ ਹੀ ਆਏ ਸਾਡੇ, ਘਰਾਂ 'ਚ ਹੀ ਬੱਚੇ ਤਾਂ ਫਿਰ ਇਹ ਛਡਾਉਣ ਵਾਸਤੇ ਮਗਰ ਭੱਜੇ ਜੀ ਉਹਦੇ। ਕਿੰਨੇ ਫਾਇਰ ਕਿੰਨੇ ਚੱਲੇ ਜੀ? ਕਿੰਨੇ ਗੋਲੀਆਂ? ਪਟਾਕਿਆਂ ਦੀ ਆਵਾਜ਼ ਆਈ ਆ ਜੀ, ਜਿਸ ਤਾਂ ਪਟਾਕੇ ਸਮਝ ਕੇ ਬਾਹਰ ਨਿਕਲੇ ਦਾ ਸਨ ਬੱਚੇ, ਜਦੋਂ ਦੂਜਰਾ ਹੋਰ ਭੱਜਿਆ ਵਿਚਾਰਾ ਦੁਕਾਨ ਦੁਕਾਨ ਤੇ ਚੱਲੇ, ਸੋ ਭੱਜ ਕੇ ਸਾਡੇ ਘਰੇ ਵੜ ਗਿਆ। ਅੱਛਾ ਜੀ। ਮੈਂ ਉਹਨੂੰ ਪੁੱਛਣ ਲੱਗ ਗਈ, ਕਹਿੰਦਾ ਆਂਟੀ ਬਾਹਰ ਲੜਾਈ ਹੋਈ ਜਾਂਦੀ ਆ ਜੀ। ਅੱਛਾ ਜੀ। ਤੇ ਲੜਾਈ ਦਾ ਨਹੀਂ ਪਤਾ ਲੱਗਿਆ ਕੀ ਗੱਲ? ਹਾਂਜੀ, ਸਾਨੂੰ ਨਹੀਂ ਪਤਾ ਲੱਗਿਆ ਜੀ ਬਾਅਦ 'ਚ ਲੜਾਈ ਦਾ ਕੀ, ਬਾਅਦ 'ਚ ਪਤਾ ਲੱਗਿਆ ਕਹਿੰਦੇ ਬੱਚਿਆਂ ਦੇ ਇੱਕ ਦੇ ਗੋਲੀ ਲੱਗੀ ਆ। ਗੋਲੀ ਕਿੱਥੇ ਲੱਗੀ ਪਤਾ ਤੁਹਾਨੂੰ ਉਹਨਾਂ ਦੀ? ਵੱਖੀ 'ਚ ਜੀ। ਵੱਖੀ ਲੱਗੀ? ਹਾਂਜੀ। ਤੇ ਵੇਖਿਆ ਜਦੋਂ ਇੱਥੇ ਭੱਜੇ ਆਉਂਦੇ ਸੀਗੇ ਸਾਰੇ, ਮਗਰ ਅਸੀਂ ਮੋੜ ਤਿੱਕਰ ਚਲੇ ਗਏ ਮਗਰ। ਅੱਛਾ ਜੀ। ਸਾਨੂੰ ਆਪ ਨੂੰ ਹੋ ਗਏ ਤੇ ਸਾਡੇ ਬੱਚੇ ਆ ਜੀ ਉਹਦੇ ਲੱਗੀ ਸੱਟ, ਪਰ ਨਹੀਂ ਬੱਚੇ ਦੂਜੇ ਸੀਗੇ ਤੇ, ਪਰ ਉਹਨਾਂ ਨੇ ਸਡਾਏ ਡਲੇ ਡੁਲੇ ਮਾਰ ਕੇ ਬੱਚਿਆਂ ਨੇ ਬਹੁਤ ਜ਼ਿਆਦਾ ਨੇ, ਦੋ ਫੈਰ ਤਾਂ ਉੱਥੇ ਹੀ ਹੋਏ ਆ ਜੀ, ਇੱਕ ਇੱਥੇ ਆਪ ਸਾਡੇ ਬਾਹਰ 'ਚ ਹੋਇਆ। ਗੋਲੀ ਲੱਗਣ ਤੋਂ ਬਾਅਦ ਫਿਰ ਲੈ ਕੇ ਕੌਣ ਗਿਆ ਇੱਥੋਂ ਜੀ? ਹਾਂਜੀ, ਬੱਚੇ ਇੱਥੋਂ ਭੱਜ ਕੇ ਲਗਾਏ ਜੀ, ਮੋਟਰਸਾਈਕਲ ਲੈ ਕੇ, ਫਿਰ ਜੀ ਚੱਕ ਕੇ ਲੈ ਕੇ ਗਏ ਉਹ 4-5 ਜਣੇ। ਉਹ ਮੈਂ ਵੀ ਰੌਲਾ ਪਾਤਾ, ਮੈਂ ਫਿਰ ਬੱਚਾ ਇੰਨਾ ਤੜਫੀ ਜਾਂਦਾ, ਲੈ ਕੇ ਜਾਓ ਜੀ। ਅੱਛਾ ਜੀ। ਬੁੱਖੀ ਬੁੱਖੀ ਬੰਨਤੀ ਸੀ ਬੱਚਿਆਂ ਨੇ ਵੈਸੇ ਸਾਫੇ ਨਾਲ। ਅੱਛਾ ਜੀ। ਫਿਰ ਲੈ ਗਏ ਚੱਕ ਕੇ ਮੋਟਰਸਾਈਕਲ ਤੇ, ਡਲੇ ਡੁਲੇ ਵੀ ਇਹਨਾਂ ਨੇ ਚਲਾਏ ਜਦੋਂ ਫਾਇਰਿੰਗ ਕਰਦੇ ਸੀ, ਇਹਨਾਂ ਨੇ ਡਲੇ ਚਲਾਏ ਫਿਰ ਇਹਨਾਂ ਨੇ ਛੁਡਵਾਇਆ। ਅੱਛਾ ਜੀ। ਤਾਂ ਹੋਰ ਵੀ ਮਾਰ ਸਕਦੇ ਸੀ ਜੀ ਗੋਲੀ, ਜਦੋਂ ਇੰਨੇ ਚਲਾਈ ਜਾਂਦੇ ਸੀ ਉਹ। ਪਰ ਤੁਸੀਂ ਪਛਾਣਦੇ ਕਿਸੇ? ਉਹਨਾਂ ਦਾ ਨਹੀਂ ਪਤਾ, ਜਿਹੜੇ ਗੋਲੀਆਂ ਚਲਾਉਂਦੇ ਸੀ ਜੀ, ਡਲੇ ਡੱਪੇ ਮਾਰਨੇ, ਡਲਾ ਇੱਧਰ ਪਰੇ ਗੱਡੀ 'ਚ ਵੀ ਉਹਨਾਂ ਦੇ ਵੱਜਿਆ ਜੀ ਉੱਧਰ ਮੂਹਰੇ। ਨਹੀਂ, ਜਿਹੜੇ ਗੋਲੀਆਂ ਚਲਾਉਂਦੇ ਸੀ ਉਹ ਤਾਂ ਨਹੀਂ ਪਤਾ, ਜਿਨ੍ਹਾਂ ਦੇ ਵੱਜੀ ਹੈ ਉਹ ਤੁਹਾਡੇ ਸੀ ਇੱਥੋਂ? ਹਾਂਜੀ, ਉਹਨੂੰ ਜਾਣਦੇ, ਮਾੜਾ ਜਾਣ ਪਛਾਣਿਆ ਕਿ ਉਹ ਪਰੇ ਇੱਧਰ ਆ ਘਰ ਉਹਨਾਂ ਦਾ ਜੀ। ਉਹ ਇੱਥੇ ਰਹਿੰਦੇ ਆ? ਹਾਂਜੀ, ਆ ਡੇਰੇ ਕੋਲ, ਡੇਰੇ ਕੋਲ ਸਰਸੇ ਦੇ ਕੋਲ। ਕੀ ਗੱਲਬਾਤ ਹੋਈ ਸੀ? ਬਸ ਕੁਛ ਮੁੰਡੇ ਇੱਧਰੋਂ ਸੀਗੇ ਤੇ ਕੁਛ ਇੱਧਰੋਂ ਸੀਗੇ। ਹਾਂਜੀ। ਤੇ ਆਪਸ ਵਿੱਚ ਕੋਈ ਡਲੇ ਡੋਲੇ ਚਲਾਉਂਦੇ ਸੀ। ਪਤਾ ਵੀ ਗੋਲੀ ਲੱਗੀ ਉਹਦੇ? ਹਾਂ। ਕਿੰਨੇ ਕੁ ਜਾਣੇ ਸੀਗੇ ਜੀ? ਮੇਰੇ ਕੋਲ ਹੋਣਗੇ 5-7 ਜਣੇ ਹੋਣੇ। 5-7 ਜਣੇ ਹੋਣਗੇ। ਅੱਛਾ, ਲੜਾਈ ਦਾ ਨਹੀਂ ਪਤਾ ਲੱਗਾ ਕੀ ਗੱਲ? ਲੜਾਈ ਦਾ ਕੋਈ ਪਤਾ ਨਹੀਂ ਲੱਗਾ ਵੀ ਕਾਹਦੀ ਲੜਾਈ ਆ, ਕਾਹਤੋਂ ਹੋਈ ਆ। ਹਾਂਜੀ, ਇਸ ਗੱਲ ਦਾ ਨਹੀਂ ਪਤਾ। ਨਹੀਂ, ਜਿਹੜੇ ਲੜੇ ਆ ਜਾਂ ਜਿਨ੍ਹਾਂ ਨੇ ਗੋਲੀ ਚਲਾਈ ਆ, ਇਸ ਗਲੀ ਦੇ ਵਿੱਚੋਂ ਕੋਈ ਵੀ ਨਹੀਂ ਹੈਗਾ ਉਹਨਾਂ 'ਚੋਂ? ਮੈਂ ਤਾਂ ਕੋਈ ਉਹਨਾਂ ਨੂੰ ਨਹੀਂ ਜਾਣਦਾ ਗਾ। ਜਿਹਦੇ ਗੋਲੀ ਵੱਜੀ ਉਹ ਵੀ ਤਾਂ ਦੂਜਾ ਕੋਈ ਵੀ ਨਹੀਂ ਹੈਗਾ ਗਲੀ 'ਚ? ਮੈਂ ਕਿਸੇ ਨੂੰ ਨਹੀਂ ਉਹਨਾਂ ਨੂੰ ਜਾਣਦਾ। ਪਟਾਕਿਆਂ ਦੀ ਆਵਾਜ਼ ਆਈ ਆ ਜੀ, ਜਿਸ ਤਾਂ ਪਟਾਕੇ ਸਮਝ ਕੇ ਬਾਹਰ ਨਿਕਲ ਗਏ। ਡਲੇ ਡੁਲੇ ਵੀ ਇਹਨਾਂ ਨੇ ਚਲਾਏ ਜਦੋਂ ਫਾਇਰਿੰਗ ਕਰਦੇ ਸੀ, ਇਹਨਾਂ ਨੇ ਡਲੇ ਚਲਾਏ ਫਿਰ ਇਹਨਾਂ ਨੇ ਛੁਡਵਾਇਆ ਸਰ। ਸਾਨੂੰ ਪਤਾ ਹੀ ਨਹੀਂ ਲੱਗਿਆ ਸੀ ਗਲੀ 'ਚ, ਜਦੋਂ ਬਾਹਰ ਦੇਖਿਆ ਜੀ ਮੁੰਡੇ ਭੱਜੇ ਆਉਂਦੇ ਸੀਗੇ ਪਟਾਕੇ, ਮੈਂ ਤਾਂ ਕਿਤੇ ਇਸ ਤੱਕ ਪਟਾਕੇ ਚੱਲੀ ਜਾਂਦੇ ਆ ਕਿਤੇ, ਸਾਨੂੰ ਨਹੀਂ ਪਤਾ ਲੱਗਿਆ ਸੀ। ਖੇਤੋਂ ਆ ਕੇ ਹਲੇ ਲੀੜਾ ਕੱਪੜਾ ਧੋਈ ਜਾਂਦੇ ਆ, ਜਦੋਂ ਬਾਹਰ ਆਏ ਦੇਖਿਆ ਤੇ ਉਹ ਜਵਾਕ ਕਹਿੰਦੇ ਵੀ ਗੋਲੀਆਂ ਚੱਲੀ ਜਾਂਦੀਆਂ, ਇੱਕ ਮੁੰਡੇ ਦੇ ਲੱਗ ਗਈ ਸੀ ਪਿੱਛੇ, ਉਹ ਉਹਨੂੰ ਚੱਕਦੇ ਚੁੱਕਦੇ ਰਹੇ, ਫਿਰ ਉਹਨਾਂ ਨੇ ਇੱਟਾਂ ਵੱਟੇ ਜਵਾਕਾਂ ਨੇ ਚਲਾਏ ਆ ਜੀ। ਨਹੀਂ, ਤੁਹਾਡੇ ਮੁੰਡੇ ਨਾਲ ਲੜਦੇ ਸੀਗੇ? ਨਹੀਂ, ਸਾਡੇ ਮੁੰਡੇ ਰਾਣੀ ਭਾ ਘਰਾਂ 'ਚ ਹੀ ਆਏ ਸਾਡੇ, ਘਰਾਂ 'ਚ ਹੀ ਆ। ਬੱਚੇ ਤਾਂ ਫਿਰ ਇਹ ਛਡਾਉਣ ਵਾਸਤੇ ਮਗਰ ਭੱਜੇ ਜੀ ਉਹਦੇ। ਕਿੰਨੇ ਫਾਇਰ ਕਿੰਨੇ ਚੱਲੇ ਜੀ? ਕਿੰਨੇ ਗੋਲੀਆਂ? ਪਟਾਕਿਆਂ ਦੀ ਆਵਾਜ਼ ਆਈ ਆ ਜੀ, ਜਿਸ ਤਾਂ ਪਟਾਕੇ ਸਮਝ ਕੇ ਬਾਹਰ ਨਿਕਲੇ ਦਾ ਸਨ ਬੱਚੇ, ਜਦੋਂ ਦੂਜਰਾ ਇੱਕ ਹੋਰ ਭੱਜਿਆ ਵਿਚਾਰਾ ਦੁਕਾਨ ਦੁਕਾਨ ਤੇ ਚੱਲੇ, ਸੋ ਭੱਜ ਕੇ ਸਾਡੇ ਘਰੇ ਵੜ ਗਿਆ। ਅੱਛਾ ਜੀ। ਮੈਂ ਉਹਨੂੰ ਪੁੱਛਣ ਲੱਗ ਗਈ, ਕਹਿੰਦਾ ਆਂਟੀ ਬਾਹਰ ਲੜਾਈ ਹੋਈ ਜਾਂਦੀ ਆ ਜੀ। ਅੱਛਾ ਜੀ। ਤੇ ਲੜਾਈ ਦਾ ਨਹੀਂ ਪਤਾ ਲੱਗਿਆ ਕੀ ਗੱਲ? ਹਾਂਜੀ, ਸਾਨੂੰ ਨਹੀਂ ਪਤਾ ਲੱਗਿਆ ਜੀ ਬਾਅਦ 'ਚ ਲੜਾਈ ਦਾ ਕੀ, ਬਾਅਦ 'ਚ ਪਤਾ ਲੱਗਿਆ ਕਹਿੰਦੇ ਬੱਚਿਆਂ ਦੇ ਇੱਕ ਦੇ ਗੋਲੀ ਲੱਗੀ ਆ। ਗੋਲੀ ਕਿੱਥੇ ਲੱਗੀ ਪਤਾ ਤੁਹਾਨੂੰ ਉਹਨਾਂ ਦੀ? ਵੱਖੀ 'ਚ ਜੀ। ਵੱਖੀ ਲੱਗੀ? ਹਾਂਜੀ।
ਤੇ ਵੇਖਿਆ ਜਦੋਂ ਇੱਥੇ ਭੱਜੇ ਆਉਂਦੇ ਸੀਗੇ ਸਾਰੇ ਮਗਰ, ਅਸੀਂ ਮੋੜ ਤੇ ਕਰ ਚਲੇ ਗਏ ਮਗਰ। ਅੱਛਾ, ਸਾਨੂੰ ਆਪ ਨੂੰ ਹੋ ਗਏ ਤੇ ਸਾਡੇ ਬੱਚੇ ਅਜੇ ਉਹਦੇ ਲੱਗੀ ਸੱਟ, ਪਰ ਨਹੀਂ ਬੱਚੇ ਦੂਜੇ ਸੀਗੇ ਤੇ, ਪਰ ਉਹਨਾਂ ਨੇ ਸਡਾਏ ਡਲੇ ਡੁਲੇ ਮਾਰ ਕੇ ਬੱਚਿਆਂ ਨੇ ਬਹੁਤ ਜ਼ਿਆਦਾ ਨੇ, ਦੋ ਫਿਰ ਤਾਂ ਉੱਥੇ ਹੀ ਹੋਏ ਆ ਜੀ, ਇੱਕ ਇੱਥੇ ਸਾਡੇ ਬਾਹਰ ਚ ਹੋਇਆ। ਗੋਲੀ ਲੱਗਣ ਤੋਂ ਬਾਅਦ ਫਿਰ ਲੈ ਕੇ ਕੌਣ ਗਿਆ ਇੱਥੋਂ ਜੀ? ਹਾਂਜੀ, ਬੱਚੇ ਇੱਥੋਂ ਭੱਜ ਕੇ ਲਗਾਏ ਜੀ, ਮੋਟਰਸਾਈਕਲ ਲੈ ਕੇ ਫਿਰ ਜੀ ਚੱਕ ਕੇ ਲੈ ਕੇ ਗਏ ਉਹ ਚਾਰ ਪੰਜ ਜਣੇ। ਉਹ ਮੈਂ ਵੀ ਰੌਲਾ ਪਾਤਾ, ਮੈਂ ਬੱਚਾ ਇੰਨਾ ਤੜਫੀ ਜਾਂਦਾ, ਲੈ ਕੇ ਜਾਓ ਜੀ। ਅੱਛਾ ਜੀ, ਭੁੱਖੀ ਭੁੱਖੀ ਬੰਦੀ ਸੀ ਬੱਚਿਆਂ ਨੇ ਵੈਸੇ ਸਾਫੇ ਨਾਲ। ਅੱਛਾ ਜੀ, ਫਿਰ ਲੈ ਗਏ ਚੱਕ ਕੇ ਮੋਟਰਸਾਈਕਲ ਤੇ। ਡਲੇ ਡੁਲੇ ਵੀ ਇਹਨਾਂ ਨੇ ਚਲਾਏ ਜਦੋਂ ਫਾਇਰਿੰਗ ਕਰਦੇ ਸੀ, ਇਹਨਾਂ ਨੇ ਡਲੇ ਚਲਾਏ, ਫਿਰ ਇਹਨਾਂ ਨੇ ਛੁਡਵਾਇਆ ਨੂੰ। ਅੱਛਾ, ਇਹ ਵੀ ਤਾਂ ਹੋਰ ਵੀ ਮਾਰ ਸਕਦੇ ਸੀ ਜੀ ਗੋਲੀ, ਜਦੋਂ ਇੰਨੇ ਚਲਾਈ ਜਾਂਦੇ ਸੀ ਉਹ। ਪਰ ਤੁਸੀਂ ਪਛਾਣਦੇ ਕਿਸੇ? ਉਹਨਾਂ ਦਾ ਨਹੀਂ ਪਤਾ, ਜਿਹੜੇ ਗੋਲੀਆਂ ਚਲਾਉਂਦੇ ਸੀ ਜੀ, ਡਲੇ ਡੱਪੇ ਮਾਰਨੇ, ਡਲਾ ਇੱਧਰ ਪਰੇ ਗੱਡੀ 'ਚ ਵੀ ਉਹਨਾਂ ਦੇ ਵੱਜਾ ਜੀ ਉੱਧਰੋਂ ਮੂਹਰੇ। ਨਹੀਂ, ਜਿਹੜੇ ਗੋਲੀਆਂ ਚਲਾਉਂਦੇ ਸੀ ਉਹ ਤਾਂ ਨਹੀਂ ਪਤਾ, ਜਿਨ੍ਹਾਂ ਦੇ ਵੱਜੀ ਹੈ ਉਹ ਤੁਹਾਡੇ ਸੀ ਇੱਥੋਂ? ਹਾਂਜੀ, ਉਹਨੂੰ ਜਾਣਦੇ, ਮਾੜਾ ਜਾਣ ਪਛਾਣ ਹੈਗਾ, ਉਹ ਪਰੇ ਇੱਧਰ ਘਰ ਉਹਨਾਂ ਦਾ ਜੀ। ਉਹ ਇੱਥੇ ਰਹਿੰਦੇ ਆ? ਹਾਂਜੀ, ਆ ਡੇਰੇ ਕੋਲ, ਡੇਰੇ ਕੋਲ ਸਰਸੇ ਦੇ ਕੋਲ। ਕੀ ਗੱਲਬਾਤ ਹੋਈ ਸੀ ਉੱਥੇ? ਬਸ ਕੁਛ ਮੁੰਡੇ ਇੱਧਰੋਂ ਸੀਗੇ ਤੇ ਕੁਛ ਇੱਧਰੋਂ ਸੀਗੇ। ਹਾਂਜੀ, ਤੇ ਆਪਸ ਵਿੱਚ ਕੋਈ ਡਲੇ ਡੋਲੇ ਚਲਾਉਂਦੇ ਸੀ। ਪਤਾ ਵੀ ਗੋਲੀ ਲੱਗੀ ਉਹਦੇ? ਹਾਂ। ਕਿੰਨੇ ਕੁ ਜਾਣੇ ਸੀਗੇ ਜੀ? ਮੇਰੇ ਕੋਲ ਹੋਣਗੇ 5-7 ਜਣੇ ਹੋਣੇ। 5-7 ਜਣੇ ਹੋਣਗੇ। ਅੱਛਾ, ਲੜਾਈ ਦਾ ਨਹੀਂ ਪਤਾ ਲੱਗਾ? ਕੀ ਗੱਲ ਹੋਈ? ਲੜਾਈ ਦਾ ਕੋਈ ਪਤਾ ਨਹੀਂ ਲੱਗਾ ਵੀ ਕਾਹਦੀ ਲੜਾਈ ਆ, ਕਾਹਤੋਂ ਹੋਈ ਆ। ਹਾਂਜੀ, ਇਸ ਗੱਲ ਦਾ ਨਹੀਂ ਪਤਾ। ਨਹੀਂ, ਜਿਹੜੇ ਲੜੇ ਆ ਜਾਂ ਜਿਨ੍ਹਾਂ ਨੇ ਗੋਲੀ ਚਲਾਈ ਆ, ਇਸ ਗਲੀ ਦੇ ਵਿੱਚ ਕੋਈ ਵੀ ਨਹੀਂ ਹੈਗਾ ਉਹਨਾਂ 'ਚੋਂ? ਮੈਂ ਤਾਂ ਕੋਈ ਉਹਨਾਂ ਨੂੰ ਨਹੀਂ ਜਾਣਦਾ ਗਾ। ਕਿਸ ਜਿਹਦੇ ਗੋਲੀ ਵੱਜੀ ਉਹ ਵੀ ਤਾਂ ਦੂਜੇ ਕੋਈ ਵੀ ਨਹੀਂ ਹੈਗਾ ਗਲੀ 'ਚ? ਮੈਂ ਕਿਸੇ ਨੂੰ ਨਹੀਂ ਉਹਨਾਂ ਨੂੰ ਜਾਣਦਾ।